ਉੱਥੇ ਆ। ਤੁਹਾਡੇ ਕੰਨਾਂ ਤੇ ਵੀ ਪਰਦਾ ਪਿਆ ਹੈ, ਤੁਹਾਡੀ ਹਰ ਹਿੱਸ ਦੇ ਉੱਤੇ ਹੀ ਪਰਦਾ ਪੈ ਗਿਆ ਵੇ। ਉਹ ਜਨਾਬ ਬਾਉਲਾ ਦੇ ਮੰਨਣ ਵਾਲੇ ਤੁਹਾਡੇ ਨਾਲੋਂ ਬਹੁਤੇ ਆ, ਉਹਨਾਂ ਦਾ ਵੀ ਇਹੀ ਕਲੇਮ ਆ ਕਿ ਅਸੀਂ ਸਾਰੀ ਦੁਨੀਆ ਤੇ ਫੈਲੇ ਆ, ਉਹ ਤੁਹਾਡੇ ਨਾਲ ਬਹੁਤੇ ਆ, ਤਦਾਦ ਚ ਵੀ ਬਹੁਤੇ ਤੁਹਾਡੇ ਨਾਲ। ਇੱਕ ਮਿੰਟ ਅਦਿਲ ਭਾਈ, ਤੁਹਾਡੇ ਨਾਲ ਬਹੁਤੇ ਤੇ ਸਾਈ ਵੀ ਨੇ ਮੁਸਲਮਾਨਾਂ, ਮੈਂ ਵੀ ਮੁਸਲਮਾਨਾਂ ਜਮਨਾ ਵਾਂ, ਮੁਸਲਮਾਨਾਂ ਦਾ ਬਹੁਤੇ ਤੇ ਸਾਈ ਆ। ਤੇ ਫਿਰ ਨਾ ਨਾ ਕਹੋ ਕਿ ਅਸੀਂ ਫੈਲ ਗਏ ਆ, ਫਿਰ ਇਹ ਨਾ ਕਹੋ ਅਸੀਂ ਫੈਲ ਗਏ ਆ, ਤੁਸੀਂ ਖੁਦ ਹੀ ਤਾਂ ਕਹੀ ਜਾਂਦੇ ਹੋ ਅਸੀਂ ਫੈਲ ਗਏ ਆ ਤਾਂ ਸੱਚੇ। ਮੈਂ ਤੇ ਤੁਹਾਡੀ ਉਹ ਗੱਲ ਦਾ ਅਦਿਲ ਭਾਈ ਇੱਕ ਮਿੰਟ, ਅਦਿਲ ਭਾਈ ਇੱਕ ਮਿੰਟ, ਮੈਨੂੰ ਬਹੁਤ ਜਲਦੀ ਕੰਮ ਆ, ਮੈਂ ਜਾਣਾ ਵਾਂ ਕਿਤੇ, ਮੈਂ ਇੱਕ ਗੱਲ ਕਰਨੀ। ਅੱਛਾ ਕਰ ਲਵੋ, ਕਰ ਲਓ। ਇੱਕ ਗੱਲ ਕਰਨੀ ਹੈ, ਮੈਂ ਨਾ ਬੜੀ ਦੇਰ ਦਾ ਸੁਣਨ ਡਿਆ ਹੋਇਆ ਵਾਂ, ਪਾਕਿਸਤਾਨੀ ਭਾਈ ਨਾਲ ਵੀ ਗੱਲ ਇਹਦੀ ਹੋਈ ਆ, ਰਸੂਲ ਦੀ, ਰਸੂਲ ਭਾਈ ਦੀ, ਅਤੇ ਉਹ ਵੀ ਮੈਂ ਸੁਣੀ ਆ। ਇਹ ਗਲਤੀ ਜਿਹੜੀ ਨਾ ਰਸੂਲ ਭਾਈ ਦੀ ਸੀਗੀ, ਰਸੂਲ ਭਾਈ ਆਏ, ਚਲੋ ਠੀਕ ਆ, ਉਹ ਆਪਸ 'ਚ ਹੋਇਆ, ਉਹਨਾਂ ਦੇ ਉਹ ਆਪਣਾ ਕਰ ਰਹੇ ਨੇ ਗੱਲ, ਠੀਕ ਆ। ਲੇਕਿਨ ਇੱਕ ਗੱਲ ਆਖਰੀ ਮੈਂ ਕਹਿ ਕੇ ਚੱਲਾਂ, ਰਸੂਲ ਭਾਈ ਅਸਲਾਮ ਵਾਲੇਕੁਮ। ਜੀ ਵਾਲੇਕੁਮ। ਵਾਲੇਕੁਮ ਦਾ ਮੈਂ ਨਾ ਮੈਂ ਨਹੀਂ ਸਮਝਿਆ। ਤੁਸੀਂ ਅਹਿਮਦੀ ਜਮਾਤ ਚੋਂ? ਮੈਂ ਤੁਹਾਨੂੰ ਸਲਾਮ ਵਾਲੇਕਮ ਕਿਹਾ। ਹਾਂ, ਕਿਉਂਕਿ ਮੈਨੂੰ ਇਹ ਖਦਸ਼ਾ ਕਿ ਤੁਸੀਂ ਅਹਿਮਦੀ ਜਮਾਤ ਤੋਂ, ਇਸ ਵਾਸਤੇ ਮੈਂ ਸਿਰਫ ਵਾਲੇਕਮ ਕਿਹਾ, ਵਾਲੇਕਮ ਸਲਾਮ। ਮੈਂ ਤੁਹਾਨੂੰ ਦੱਸਣਾ ਅਹਿਮਦੀ ਜੇ ਅਹਿਮਦੀ ਨੇ, ਆਹੋ ਤੇ ਬਸ, ਮੈਂ ਤਾਂ ਹੀ ਸਿਰਫ ਵਾਲੇਕਮ ਕਿਹਾ ਬਸ। ਅੱਛਾ, ਵਾਲੇਕਮ ਦਾ ਮੈਂ ਨਾ ਪਤਾ ਤੁਹਾਨੂੰ ਕੀ ਆ ਜੀ? ਤੁਸੀਂ ਬੜੇ ਮੁਫਤੀ ਹੋ, ਇੱਕ ਮਿੰਟ, ਵਾਲੇਕਮ ਦਾ ਮੈਨੂੰ ਦੱਸੋ ਮੈਂ ਨਾ ਕੀ ਆ। ਲੈਕਮ ਨਹੀਂ ਹੋਤਾ, ਅਲੈਕੁਮ ਹੋਤਾ, ਵਾਲੇਕੁਮ ਔਰ ਆਪ ਪਰ ਵੀ, ਕੀ ਮੈਨਾ ਹੈ ਔਰ ਆਪ ਪਰ ਵੀ, ਆਪ ਪਰ ਵੀ ਕੀ ਕੀ, ਆਪ ਪਰ ਵੀ ਜ਼ਰਾ ਅਰਬੀ ਦੇ ਵਿੱਚ ਨਾ, ਅਰਬੀ ਦੇ ਵਿੱਚ ਇਹ ਲਿਖ ਕੇ ਦੇਖਿਓ, ਵਾਲੇਕਮ ਦਾ ਮੈਂ ਨਾ ਕੀ ਆ। ਤੋ ਦੂਸਰੀ ਗੱਲ, ਚਲੋ ਠੀਕ ਆ, ਲੈਕੁਮ ਨਹੀਂ ਹੋਤਾ ਭਾਈ, ਵਾਲੇਕੁਮ ਹੋਤਾ, ਲੈਕੁਮ ਨਹੀਂ ਹੋਤਾ। ਠੀਕ ਆ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਹਾਂਜੀ, ਜੇ ਏਕ ਲਫ਼ਜ਼ ਨਹੀਂ ਹੈ, ਇਹ ਤਿੰਨ ਲਫ਼ਜ਼ ਕਾ ਮਰਕਬ ਹੈ, ਵਾਉ ਹੈ, ਅਲਾ ਹੈ, ਕੁਮ ਹੈ। ਉਹ ਮੇਰੀ ਭਾਈ, ਮੇਰੀ ਗੱਲ, ਅਲਾ ਕਾ ਮਾਨੀ ਪਰ ਹੈ, ਕੁਮ ਜ਼ਮੀਰ ਹੈ, ਜਮਾ ਕੀ ਔਰ ਆਪ ਪਰ ਵੀ, ਇਹ ਤਰਜਮਾ ਹੈ ਇਸਕਾ। ਰਸੂਲ ਭਾਈ ਤੁਹਾਨੂੰ ਮੈਂ ਨਾ ਤਕਰੀਬਨ ਸਾਲ ਹੋ ਗਿਆ ਵੇਖਣ ਡਿਆ, ਤੁਹਾਡੀਆਂ ਗੱਲਾਂ ਸੁਣ, ਹਰ ਬਰੋਡ ਤੇ ਮੈਂ ਤੁਹਾਨੂੰ ਦੇਖ, ਬੜੀਆਂ ਬਰੋਡਾਂ ਦੇ ਵੇਖਿਆ ਤੁਹਾਨੂੰ, ਔਰ ਜਦੋਂ ਵੀ ਤੁਹਾਡੇ ਕੋਲ ਸਵਾਲ ਮੰਗੀ ਹੈ ਨਾ ਹਜ਼ਰਤ ਮਿਰਜ਼ਾ ਅਲੈ ਸਲਾਮ ਦਾ, ਤੁਸੀਂ ਫੱਟ ਕੱਢ ਕੇ ਇਹ ਨੰਬਰ ਨੰਬਰ ਸਭ ਕੁਝ ਦੱਸਦੇ ਆ, ਤੇ ਜਦੋਂ ਤੁਹਾਨੂੰ ਕਹੋ ਨਾ ਕਿ ਹਜ਼ਰਤ ਈਸਾ ਅਲੈ ਸਲਾਮ ਦਾ ਕੁਰਾਨ ਦੇ ਵਿੱਚੋਂ, ਉੱਥੇ ਤੁਹਾਡੀ ਜਨਾ ਤੁਸੀਂ ਮਤਲਬ ਉੱਥੇ ਡਗਮਗਾ ਜਾਂਦੇ ਹੋ। ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਅਗਰ ਮੇਰੀ ਗੱਲ ਨਹੀਂ ਪੂਰੀ, ਅਗਰ ਤੁਸੀਂ ਸੱਚੇ ਦਿਲ ਦੇ ਨਾਲ ਨਾ ਸਭ ਬਰੋਟਾਂ ਛੱਡ ਦਿਓ, ਸੱਚੇ ਦਿਲ ਨਾਲ, ਸੱਚੇ ਦਿਲ ਦੇ ਨਾਲ 10 ਦਿਨ ਦੁਆ ਕਰੋ ਖੁਦਾ ਤਾਲਾ ਦੇ ਅੱਗੇ ਕਿ ਐ ਖੁਦਾ ਮੈਨੂੰ ਸਿੱਧਾ ਰਸਾ ਦਿਖਾ, ਤੇ 10 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਨਾ ਮਿਲੇ ਸੱਚੇ ਦਿਲ ਨਾਲ। ਮੈਂ ਤੁਹਾਨੂੰ ਇਹ ਨਹੀਂ ਕਹਿਣ ਡਿਆ ਕਿ ਤੁਸੀਂ ਹੁਣ ਹੀ ਕਰ ਲਓ, ਮੈਂ ਸੱਚੇ ਦਿਲ ਦੇ ਨਾਲ ਅੱਜ ਕਰੋ ਜਾਂ ਕੱਲ ਕਰੋ, 10 ਦਿਨ ਦੁਆ ਕਰੋ। ਕੇਕੇ ਸਾਹਿਬ, ਮੈਂ ਤੇ ਇਹ ਦੁਆ ਕਰਦਾ ਮੇਰੀਆਂ ਨਸਲਾਂ ਦੇ ਵਿੱਚ ਵੀ ਇਹ ਖਿਆਲ ਵੀ ਨਾ ਪੈਦਾ ਹੋਏ ਕਿ ਉਹ ਮਿਰਜ਼ਾ ਸਾਹਿਬ ਨੂੰ ਮੰਨਣ ਵਾਸਤੇ ਕੋਈ ਖਿਆਲ ਵੀ ਆਏ ਉਹਨਾਂ ਦੇ ਦਿਲ ਦੇ ਵਿੱਚ ਇੰਜ ਦਾ ਕਿ ਹੋ ਸਕਦਾ ਮਿਰਜ਼ਾ ਸਾਹਿਬ ਕਿਤੇ ਸੱਚੇ ਨਾ ਹੋਣ। ਇਹ ਗੱਲ ਦੁਬਾਰਾ ਨਾ ਕਰਨਾ, ਇਹ ਦੁਆ ਨਹੀਂ ਹੈ, ਇਹ ਮੇਰੇ ਵਾਸਤੇ ਗਾਲੀ ਹੈ, ਇਹ ਗੱਲ ਦੁਬਾਰਾ ਨਾ ਕਰਨਾ। ਜ਼ਿਆਦਾ ਸਾਹਿਬ ਤੁਹਾਡੇ ਵਾਸਤੇ ਗਾਲੀ ਹੈ ਨਾ, ਤੇ ਮੇਰਾ ਭਰਾ ਫਿਰ ਨਾ, ਮੇਰੀ ਤੁਹਾਡੇ ਕੋਲ ਮਾਫੀ ਹੈ, ਮਾਜ਼ਰਤ ਚਾਹਨਾ, ਚਲੋ ਫਿਰ ਸਾਡੀ ਤੁਹਾਡੀ ਬਣਦੀ ਕੋ ਨਹੀਂ ਹੈ ਜੇ ਉਹ ਮੇਰੇ ਨਾਲ ਤਾਂ ਬੰਦਾ, ਮੇਰੀ ਗੱਲ ਸੁਣ ਮੇਰੀ ਪੂਰੀ, ਸਾਡੀ ਹਮ ਖਿਲਾਫ ਤੇ ਬੰਦਾ, ਹਮ ਕਲਾਮ ਤੇ ਬੰਦਾ ਉਹਦੇ ਨਾਲ ਹੁੰਦਾ ਵੇ ਜਿਹਦੇ ਨਾਲ ਸਾਡਾ ਕੋਲ ਲਿੰਕ ਹੋਏ, ਜਿਹੜਾ ਸੁਣਨ ਆਏ, ਜਿਹੜਾ ਸੁਣਾਉਣ ਆਏ, ਤੇ ਤੁਸੀਂ ਤੇ ਇੱਥੇ ਸਵਾਇ ਮੁਖਾਲਫਤ ਤੇ ਤੁਹਾਡੇ ਕੋਲ ਹੋਰ ਗੱਲ ਹੀ ਕੋ ਨਹੀਂ ਹੈ, ਤੇ ਤੁਸੀਂ ਜਾਓ ਫਿਰ ਤੁਹਾਡੇ। ਮੈਂ ਸੁਣਨ ਸੁਣਾ ਨਹੀਂ ਆਇਆ ਵਾਂ, ਮੈਂ ਸੁਣਨ ਸੁਣਾ ਨਹੀਂ, ਸੁਣੋ ਸੁਣਾਓ। ਭਾਈ ਰਸੂਲ ਕੋ ਵੀ ਮੈਂ ਪੁੱਛਣਾ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਕਹੀ ਗੱਲ ਕਿ ਸੱਚੇ ਦਿਲ ਨਾਲ 10 ਦਿਨ ਦੁਆ ਕਰੋ ਕਿ ਐ ਖੁਦਾ ਮੈਨੂੰ ਸਿੱਧਾ ਰਸਤਾ ਦਿਖਾ। ਕੌਣ ਸੱਚਾ? ਤੁਸੀਂ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਨਹੀਂ ਕਹਿਣੀ, ਤੇ ਫਿਰ ਮੇਰਾ ਭਰਾ ਖੁਦਾ ਹਾਫਿਜ਼ ਦੁਬਾਰਾ ਅਹਿਮਦੀਆਂ ਦੀ ਬਰੋਡ ਚ ਨਾ ਆਵੀ।
अल्लाह हाफिज। आप बिल्कुल इन्होंने कुछ तो दे ठीक आ वेखो जी याद साडा ना जो रहा दो और काफी दिन तो आ रहे हो कि 2 महीने की छुट्टी ले लो और भी किधरे जाओ जाके सिर खपाओ। कही उस तो भी टुकड़ा ये बंदा अदील वाकई। भाई क्या हाल चाल ठीक ठाक हो। अदील अच्छा भाई यार मेरा असूल सुन लो, जेड़ा बंदा तुर जावे ना मैं और पिछो गल नहीं करना, करना वा ना करन देंदा वा, चल बस अदील गल भाई खत्म। मैं जिरो आख्या था तुर गए ने तो बस खत्म, चल ना खत्म हो गई कोई दी गल। गाली चलो। हाँ इनकार उन्हें जेड़ा किया, असि उन्होंने आख्या जा भाई तू अपने घर राजी तो ही अपने घर राजी, वो चला ठीक है गया। असि एवं पैसा पे करिए सानू ठीक कोई है फायदा ठीक नहीं पैसा करन दा। अच्छा ठीक है उन्होंने ठीक है मैं अदील कहना भाई मैं खुद लाया जेड़ा बैठा है उसके मतलब कर सकते हैं ना। रौले करो च करो पैर दी लोड़ ही कोनी है। देखिया जी 1 सेकेंड च नसिया ना एडा थले आया सी। चलो छड़ो परा उन्हें भी छड़ो परा। एनी सारी एनी इना दी पीछ है एन चुको है बाबर नूं जरा उत्ते 1 मिनट मैं बाबर नूं चुकना सी बस एनी इना दी पीछ है। कहना थले बैठे असी भी सुन लो करते आप पूछेंगे तो आपको वो कह देंगे यार आपको क्या मसला है हमारा चंदा है ना हम दें या ना दें। बोले को यार आप चंदा दो हमें भी दे दो भाई अगर ज्यादा है तो। इस तरह के सवाल उनसे किए जाए ना 4-5 बस यकीन फैसल भाई देते हैं उनको हवाले हैं वो जब हवाले फैसल भाई देते हैं तो इसलिए तो फैसल भाई उनको बुरे लगते हैं कि यार ये तो हमारी किताबें खोल के बैठ गया। हमारे 3 बंदे ऐसे जो इनकी किताबों से बात करते हैं। जिया भाई पहले इनमें गुफ्तगू करेंगे फिर बाद में इनकी किताबें खोलनी शुरू कर देते हैं। फैसल भाई जाते ही इनकी किताबें खोलनी शुरू कर देते हैं इसलिए फैसल भाई इनको अच्छे नहीं लगते। हमारे जुवेद साहब हैं वो इनमें गुफ्तगू करते हैं वो कहते हैं ठीक। जुवेद साहब आगे से अगर आपने आप मेरे भाई हो बड़े हो मुफ्ती साहब हो हमारे हमारे उलमा कराम हो मैं एक बात करना चाहता हूँ कि जब भी आपने डिबेट करनी है ना मुफ्ती साहब आप अपनी ब्रॉड ऑन करें उनको बोले कि मेरी ब्रॉड पे आए दावत देता हूँ एक दफा मेरी ब्रॉड पे आके देखिए आपके किसी बंदे को म्यूट किया जाएगा या किसी बंदे से बदतमीजी की जाएगी फिर हमें कहना क्योंकि आपका एहतराम आपकी इज्जत हमारे लिए सर आंखों पे है मुफ्ती साहब। उनको पता चल जाता है कौन सा बंदा उनको नताड़ता है उसके सामने वो इतनी तारीफें करते हैं। क्या बाबर बोल रहे हैं मेरे साथ ब्रॉड पे उनकी मैंने जुवेद भाई की इतनी तारीफें करनी शुरू कर दी तो मैंने ये सारी बात ही जुवेद भाई पे डाल दी है कि चलो अब मौजूद पे जुवेद भाई करते हैं शुरू। मैं इंशाल्लाह जुवेद साहब को ना अपना व्हाट्सएप नंबर सेंड करूंगा इंशाल्लाह मेरे अल्लाह ने चाहे तो फिर मैं ना थोड़ा सा बिजी हूँ मैं सब भाइयों से मेरा अच्छा मैं सुन ले ही कर दे ही नहीं को नहीं नहीं तुसी कल्ले ने सुनी सी ना बता ही मैं तन गया सी जड़ा बैठे है ओदे मतलब कर लिए ना ही गायब हो गया। चंगा हो गया वे सुना दी जे नो वी तो तुर गया जे तने रिश्ते च भी ओसे वाले रफा हो गया ओरा ना ओ खलोता ही नहीं आ ओनु पता लग गया कि मेरी इना रिकॉर्डिंग कर ली है ते और निकल गया वे हाली 5 हो गया चलो कौन नहीं खैर सुनाओ सुनते हो पे की तो मैं हिसाब किताब बनाया तो शुरू सुनता पे फिर असि ना कुछ तलावत ते कुरान दी विच मसरूफ हो गए सी कोई बात विच ते ओ मैं इन्ना सुना सी कि ओ जड़ा ना अपना चाह सी ज़िया रसूल ते ओ एक ना तकरीबन मैं ते उनु कोई 8-10 साल तो जानना वा ओ एक इंतहाई पेशावर एक खत्म नबूवत नाम नाल मुजाहिद मुजरम है बड़ी है मुजरम कह सकते हो मुजरम अपने
ਤੇ ਇਹ ਜਿਹੜਾ ਵੇ ਚੱਲਾ ਹੀ ਮਾਫ਼ ਕਰੇ, ਬਹੁਤ ਹੀ ਗਲੀਜ਼ ਕਿਸਮ ਦੀ ਹਰਕਤਾਂ ਕਰਦਾ। ਇਹ ਸਿਰਫ ਇੱਥੇ ਆਉਂਦਾ ਵੀ ਪਤਾ ਕਿਹੜੇ ਚੱਕਰ 'ਚ, ਕੋਈ ਬੰਦਾ ਐਸਾ ਅਹਿਮ ਦੀ ਕੋਈ ਐਸੀ ਗਲਤੀ ਕਰੇ, ਕੋਈ ਕਿਸੇ ਗੱਲ ਕਿਸੇ ਬੰਦਾ ਨਾ ਬਸ ਥੱਕਿਆ ਹੁੰਦਾ। ਮਸਲ ਮੈਂ ਇੱਕ ਦਿਨ ਕਿਸੇ ਨਾਲ ਗੱਲਬਾਤ ਕਰਦਾ ਸੀ, ਤੇ ਮੈਂ ਕਿਸੇ ਗੈਰਮ ਜੀ ਕੋਲ ਗਿਆ ਤਾਂ ਉਹਨੇ ਮੇਰੀ ਦਾਵਤ ਕੀਤੀ, ਤੇ ਉਸਨੇ ਅਲੱਗ ਮੈਂ ਗੋਸ਼ਤ ਨਹੀਂ ਖਾਂਦਾ ਤਾਂ ਉਹਨੇ ਕੀਤਾ ਦਾਲ ਗੋਸ਼ਤ ਬਣਾਇਆ ਸੀ, ਉਹਨੇ ਬੋਟੀਆਂ ਵਿੱਚ ਕੱਢ ਕੇ ਨਾ ਮੈਨੂੰ ਦਾਲ ਪਾ ਦਿੱਤੀ, ਉਹਦੇ ਵਿੱਚ ਇੱਕ ਹੱਡੀ ਚਲੀ ਗਈ। ਤਾਂ ਮੈਂ ਤਾਂ ਉਹਨੂੰ ਇੰਝ ਖਾਂਦਾ ਜਿਵੇਂ ਕੇਲਾ ਬੰਦਾ ਖਾਂਦਾ ਹੁੰਦਾ ਪਿਆ, ਉਹ ਸਿੱਧੀ ਕੜਾਕ ਕਰਕੇ ਦਾੜ ਵੀਰ ਦੇ ਦਰਮਿਆਨ ਵਿੱਚ ਜੋ ਹੱਡੀ ਜਿਹੜੀ ਜਾ ਵਿੱਚ ਵੜੀ ਤਾਂ ਦਾੜ ਅੱਧੀ ਤੋੜ ਦਿੱਤੀ। ਉਹ ਮੇਰੇ ਹੁਣ ਉੱਥੇ ਦਰਦ ਹੁੰਦਾ, ਤੋ ਕਈ ਵਾਰੀ ਨਾ ਜਦੋਂ ਰੋਦਾ ਹੁੰਦਾ ਨਾ ਰੋਦੇ ਤੋਂ 47 ਦੇ ਵਕਤ ਤੱਕ, ਉਦੋਂ ਦੰਦ ਬੰਦਾ ਇੰਨੇ ਸਾਫ਼ ਨਹੀਂ ਕਰਦਾ, ਸਵੇਰੇ ਕਰਨੇ ਹੁੰਦੇ ਨੇ ਜਾਂ ਰਾਤੀ ਕਰਨੇ ਹੁੰਦੇ ਨੇ, ਉੱਥੇ ਫਿਰ ਦਰਦ ਹੋ ਰਹੀ ਹੁੰਦੀ ਹੈ। ਇਹੋ ਜਿਹੀ ਸੂਰਤ ਹਾਲ 'ਚ ਕੋਈ ਬੰਦਾ ਆ ਜਾਵੇ ਅਤੇ ਉਹਦੇ ਨਾਲ ਉਹਦੇ ਨਾਲ ਗੱਲ ਕਰਦਿਆਂ ਕਰਦਿਆਂ ਬੰਦਾ ਕਿਸੇ ਕੋਈ ਮੂੰਹ 'ਚ ਲਫ਼ਜ਼ ਨਿਕਲ ਹੀ ਜਾਂਦਾ, ਅੱਗੇ ਪਿੱਛੇ ਹੋ ਜਾਂਦਾ ਵੇ, ਅਤੇ ਉਹ ਉਹਨੂੰ ਉਹੋ ਜਿਹੇ ਬੰਦੇ ਦਬਾਉਣਾ ਚਾਹੀਦਾ ਫਿਰ, ਅੱਲਾ ਨਾ ਕਰੇ ਐਸਾ ਹੋਵੇ। ਹੈਂ ਨਹੀਂ ਨਹੀਂ ਉਹ ਫੜ ਕੇ ਉੱਥੇ ਫੜ ਕੇ ਬਹਿ ਜਾਂਦੇ, ਕਿਉਂਕਿ ਆਉਂਦੇ ਇਸ ਚੱਕਰ 'ਚ ਨੇ ਕਿ ਇਨਸਾਨ ਲੱਗੇ ਗਲਤੀ ਦਾ ਪੁਤਲਾ ਹੈ, ਉਹਦੇ ਕੋਲੋਂ ਕੋਈ ਲਫ਼ਜ਼ ਗਲਤ ਵੀ ਨਿਕਲ ਜਾਂਦਾ ਮੂੰਹ 'ਚ, ਕੋਈ ਅੱਗੇ ਪਿੱਛੇ ਹੋ ਜਾਂਦਾ ਉਨੀ ਵੀ ਦਾ ਫਰਕ ਪੈ ਜਾਂਦਾ। ਲੇਕਿਨ ਮੈਂ ਤਾਂ ਤੁਹਾਨੂੰ ਕੋਸ਼ਿਸ਼ ਕਰਨਾ ਕਿ ਇਹਨਾਂ ਨਾਲ ਜਦੋਂ ਗੱਲ ਕਰ ਵੀ ਆ ਤਾਂ ਪੂਰੇ ਕੋਸ਼ਿਸ਼ ਕਰੋ, ਭਾਵੇਂ ਦੰਦਾਂ 'ਚ ਦਰਦ ਹੋ ਰਿਹਾ, ਭਾਵੇਂ ਸਿਰ ਦਰਦ ਹੋ ਰਿਹਾ, ਹਾਜ਼ਰ ਦਿਮਾਗ ਹੋ ਕੇ ਗੱਲ ਕਰੋ ਇਹਨਾਂ ਨਾਲ, ਕਿਉਂਕਿ ਇਹ ਸ਼ੈਤਾਨ ਨੇ ਰਿਕਾਰਡ ਕਰਕੇ ਹਰ ਦਿਨ ਤੂੰ ਇੰਝ ਆਖੀ ਸੀ ਗੱਲ, ਇਹ ਤੂੰ ਨਹੀਂ ਕਹੀ ਸੀ, ਇਹ ਲੈ ਇਹ ਸੁਣ ਲੈ,